पुलिस कमिश्नर स्वपन शर्मा के नेतृत्व में जालंधर कमिश्नरेट पुलिस ने फर्जी सीबीएसई और ओपन स्कूल सर्टिफिकेट बनाने वाले गिरोह का भंडाफोड़ किया है। विवरण का खुलासा करते हुए पुलिस आयुक्त ने कहा कि पुलिस को गुप्त सूचना मिली थी कि शहर में एक गिरोह सक्रिय है जो फर्जी सीबीएसई और ओपन स्कूल प्रमाण पत्र बनाने में शामिल है। उन्होंने कहा कि पुलिस ने मामले की जांच शुरू कर दी है और दोनों व्यक्तियों की पहचान अनुराग डाबर पुत्र राम प्रकाश निवासी बी 46 न्यू विनय नगर जालंधर और राघव चड्ढा पुत्र नरेश चंद्र निवासी फतेहपुरी टांडा रोड के रूप में हुई है। श्री स्वपन शर्मा ने कहा कि आरोपियों के खिलाफ पुलिस स्टेशन डिवीजन नंबर 8 में धारा 465, 467, 468, 471, 420 आईपीसी 66 डीआईटी एक्ट के तहत केस दर्ज किया गया है। ਸਾਡੇ ਮਾਨਯੋਗ ਸੀ ਪੀ ਸਾਹਿਬ ਦੀਆਂ ਹਦਾਇਤਾਂ ਅਤੇ ਸਾਡੇ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਦੀ ਰਹਿਨੁਮਾਈ ਹੇਠ ਐਸ ਪੀ ਕ੍ਰਾਈਮ ਅਤੇ ਸਾਡੇ ਜਿਹੜੇ ਇੰਸਪੈਕਟਰ ਸਪੈਸ਼ਲ ਸੈੱਲ ਦੇ ਇੰਚਾਰਜ ਨੇ ਇੰਦਰਜੀਤ ਸਿੰਘ, ਉਹਨਾਂ ਨੇ ਇੱਕ ਗੈਂਗ ਪਕੜਿਆ ਜੀ, ਜਿਹਨਾਂ ਜਿਹੜੇ ਕਿ ਫੇਕ ਸਰਟੀਫਿਕੇਟਸ ਸਕੂਲ ਦੇ ਜਾਰੀ ਕਰਦੇ ਸੀਗੇ ਲੋਕਾਂ ਨੂੰ ਪੈਸੇ ਲੈ ਕੇ, 20 ਤੋਂ 25 ਹਜ਼ਾਰ ਰੁਪਏ ਲੈ ਕੇ ਫੇਕ ਸਰਟੀਫਿਕੇਟ ਸੀ ਬੀ ਐੱਸ ਈ ਬੋਰਡ ਦੇ ਬਣਾ ਕੇ ਦਿੰਦੇ ਸੀਗੇ। ਉਹਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਦੋ ਬੰਦੇ ਗ੍ਰਿਫਤਾਰ ਕਰ ਲਏ ਗਏ ਆ ਔਰ ਉਹਨਾਂ ਦੇ ਕੋਲੋਂ ਜਿਹੜੀ ਇਕਵਿਪਮੈਂਟ, ਕੰਪਿਊਟਰਸ ਐਂਡ ਬਾਕੀ ਚੀਜ਼ ਹੈ ਉਹ ਰਿਕਵਰ ਕਰ ਲਈ ਗਈ ਹੈ। ਔਰ ਇਹਦੇ ਵਿੱਚ ਉਹਨਾਂ ਨੇ ਜਿਹੜੇ ਜਾਰੀ ਕੀਤੇ ਹੋਏ ਸਰਟੀਫਿਕੇਟਸ ਉਹਨਾਂ ਦੇ ਉੱਤੇ ਤਫਤੀਸ਼ ਅਜੇ ਚੱਲ ਰਹੀ ਹੈ। ਇਹ ਜੀ 20 ਤੋਂ 25 ਹਜ਼ਾਰ ਰੁਪਇਆ ਪਰ ਸਰਟੀਫਿਕੇਟ, ਡਿਪੈਂਡਿੰਗ ਅਪੋਨ ਕਿ ਕਿਸ ਤਰ੍ਹਾਂ ਦਾ ਸਰਟੀਫਿਕੇਟ ਬਣਾਉਣਾ। ਉਹ ਹੁਣ ਤਫਤੀਸ਼ ਦਾ ਹਿੱਸਾ ਹੈ ਜੀ ਕਿ ਇਹ ਹੋਰ ਕੀ ਉਹਦੇ ਨਾਲ ਕਰਦੇ ਸੀਗੇ ਉਹ ਤਫਤੀਸ਼ ਦੇ ਵਿੱਚ। ਇਹਨਾਂ ਨੇ ਹੁਣ ਤੱਕ 300-350 ਜਾਰੀ ਕਰ ਚੁੱਕੇ ਆ ਅਤੇ ਹੋਰ 500-600 ਇਹਨਾਂ ਦੇ ਜਿਹੜੇ ਕੰਪਿਊਟਰ ਹੈਗਾ ਉਹਦੇ ਵਿੱਚ ਫੀਡ ਹੋਏ ਹੋਏ ਆ, ਉਹ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਆਏਗਾ। ਜਿਹੜੇ ਦੋ ਵਿਅਕਤੀ ਪਕੜੇ ਉਹਨਾਂ ਦਾ ਨਾਮ ਕੀ ਹੈ ਕਿ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ? ਇਹ ਇੱਕ ਅਨੁਰਾਗ ਡਾਬਰ ਹੈ ਜੀ ਅਤੇ ਇੱਕ ਰਾਘਵ ਚੱਡਾ ਹੈ। ਇਹ ਇੱਕ ਲੰਬਾ ਪਿੰਡ ਦਾ ਰਹਿਣ ਵਾਲਾ, ਇੱਕ ਫਤਿਹਪੁਰੀ ਟਾਂਡਾ ਦਾ ਰਹਿਣ ਵਾਲਾ ਜੀ। ਕਿੰਨੇ ਬੰਦਿਆਂ ਦਾ ਗਰੋਹ ਹੈ? ਇਹ ਦੋ ਹੀ ਜਣੇ ਫਿਲਹਾਲ ਹੈਗੇ ਆ ਜੀ, ਬਾਕੀ ਤਫਤੀਸ਼ ਚੱਲ ਰਹੀ ਹੈ। ਜਿਹੜੇ ਹੋਰ ਵਿੱਚ ਨਾਮਜ਼ਦ ਹੋਣਗੇ ਬੰਦੇ ਉਹ ਤਾਂ ਦੋਨੋਂ ਆਪਸ ਇੱਕ ਦੂਜੇ ਨੂੰ ਰੈਸੀਪ੍ਰੋਕੇਟ ਕਰਦੇ ਨੇ। ਹਾਂਜੀ, ਕਿੰਨੇ ਸਮੇਂ ਤੋਂ ਕੰਮ ਕਰ ਰਹੇ? ਇਹ ਤਫਤੀਸ਼ ਦਾ ਹਿੱਸਾ ਹੈ। ਦਫ਼ਤਰ ਇਹਨਾਂ ਦਾ ਫਤਿਹਪੁਰੀ ਦੇ ਵਿੱਚ ਹੈ ਜੀ। ਇਹ ਹੁਣ ਤਫਤੀਸ਼ ਹੈਗਾ ਜੀ ਕਿ ਉਹਨੂੰ ਕੰਪਿਊਟਰ ਤੇ ਕੀ ਮਹਾਰਤ ਹਾਸਲ ਹੈ, ਜਿਸ ਨਾਲ ਉਹਨੂੰ ਮੋਡੀਫਾਈ ਕਰਕੇ। ਹਾਂਜੀ, ਐਜੂਕੇਸ਼ਨ ਵੀ ਹਾਲੇ ਇਹਨਾਂ ਦੀ ਤਫਤੀਸ਼ ਦੇ ਵਿੱਚ ਆਊਗੀ ਜੀ ਕਿ ਕੀ ਕੀਤਾ ਇਹਨਾਂ ਨੇ, ਕੋਈ ਡਿਗਰੀਆਂ ਕੀਤੀਆਂ ਜਾਂ ਕੀ ਕੀਤਾ, ਕਿਸੇ ਸਕੂਲ ਕਾਲਜ ਨਾਲ ਰਾਬਤਾ ਰੱਖਿਆ ਇਹਨਾਂ ਨੇ ਕੋਈ? ਨਹੀਂ, ਇਹ ਹਾਲੇ ਤਫਤੀਸ਼ 'ਚ ਆਏਗਾ ਜੀ, ਇਹ ਪਤਾ ਕਰਾਂਗੇ ਫਿਰ ਪਤਾ ਲੱਗੇ, ਹਾਲੇ ਕੁਛ ਨਹੀਂ। ਗ੍ਰਿਫਤਾਰ ਇਹਨਾਂ ਨੂੰ ਸਾਡੇ ਕੋਲ ਇਨਪੁੱਟ ਸੀਗੀ ਜੀ, ਸਾਡੀ ਟੀਮ ਕੋਲ, ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ। ਆਫਿਸ ਤੋਂ ਜਿੱਥੇ ਜਿੱਥੋਂ ਬਣ ਰਿਹਾ ਸੀ, ਜਿੱਥੋਂ ਟ੍ਰੈਪ ਲਗਾ ਦੋ। ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ ਟੀਵੀ।